لاف مفسر مسئے بابا سید زرغام بادشاہ صاحب آف چند استقبال کے لیے نعرہ تکبیر، نعرہ رسالت، نعرہ حیدری، باواز بلند صلوات، صلی علی محمد. بسم اللہ الرحمن الرحیم. الحمد للہ رب العالمین الرحمن الرحیم مالک یوم الدین یاک عبد و یاک نستعین اهدنا الصراط المستقیم صراط الذین انعمت علیهم غیر المغضوب علیهم ولا الضالین. اللهم صل علی محمد و آل محمد وعجل فرج آل محمد. اللهم صل على صلوات پڑھو باواز بلند. اللهم درود پڑھنا ایک بڑی اہم عبادت ہے، مل کے صلوات پڑھو. اللهم خوشنودیے منتظر زمانہ دی خاطر درود بھیجو. اللهم اکھ بند کر کے استقبال روح معصومہ دی خاطر درود بھیجو. جڑے موالی بیٹھو حیدر اقرار دے مل کے نام امیر دی گونجو وے حیدر. مہربانی یہاں شریف آؤ، سب تو پہلے تو میری دعا آئی نے کہ مولا کائنات تو انکل دنیا دے دکھاں تکلیفاں تو محفوظ رکھ ساری اس نازک دور دیاں مجلساں خلاق عالم حقیقی بادشاہ عبادت شمار کرے، شغل شمار نہ کرے. اس نازک دور دے وچ ہر شریف دی عزت محفوظ رہے. مریہ حسین حسین کریں دے، اٹھی ویے علی علی کریں دے، دامن پنجاں تے باہراں دے ہوئے، ہاتھ اساں گنہگاراں دے ہوئے. خدا تعالیٰ بانی مجلس دی پوری وچائی مولا منظور تے مقبول فرما. انہاں لوگاں دے رزق وچ مولا کائنات برکت پاوے. انہاں دے خرچ خراجات نظر نیاز دربار زہرا وچ مولا منظور تے مقبول فرماوے. انہاں دے جتنے بھی مرحومین ان مولا انہاں نوں کروٹ کروٹ جنت نصیب فرماوے. مولا انہاں دے صغیرہ کبیرہ گناہ معاف فرماوے. مولا انہاں دیاں قبراں منور فرماوے. تساں جتنے آئے بیٹھے اس دربار عالی وچ مولا تہاڈا ٹورایا منظور تے مقبول فرماوے. ہن درود بھیجو آل محمد دی ذات. اللہم صلی علی ڈیڑھ سر بیٹھے ہو، مل کے صلوات پڑھو، مل کے اللہم صلی ہے. اجازت میں پڑھائی شروع کرا، جناب دا بھی حکم ہے. مولا تو سلوگن آباد و شاد رکھے. اے بھانجا بیمار محسن شاہ صاحب دا، مولا انہوں نے شفا کاملہ آج لاتا. مولا اس دے بچیاں دی عمر دراز کی، مولا انہوں نے شفا کاملہ آج لاتا. فرمان نبوی ہے، اپنی مجلسہ نو زینت دیو میرے بھیرا وائلی دے ذکر نال. تہاڈی حیاتی ہوئے موں جیو، مولا تھانوں بڑے رنگ لاوے تو حیدری تسیں نال مارو حیدری. آغاز مجلس ہی فضائل اور قصیدے تو شروع کر رہے ہیں. مولا تھانوں وسدیاں رکھے، شالا جیو پے.
ਅਜੇ ਹੁਣ ਸ਼ੁਰੂ ਹੋਈ ਹੈ ਤੇ ਸਿਰ ਲੈਂਦੇ ਪਏ, 5 ਵਜੇ ਕੀ ਕਰੇ ਸੋ ਤੁਹਾਡੀਆਂ ਜ਼ਿੰਦਗੀਆਂ। ਆਖਰੀ ਹਜ ਤੋਂ ਵਾਪਿਸ ਵੱਲੇ ਸਰਵਰ ਆਲਮ ਅਹਿਮਦ ਮੁਖਤਾਰ ਖਤਮੀ ਮਰਤਬਤ ਬਮਾਯਨ ਤਿਕਦ ਮਿਸਦਾਕ ਵਜਹ ਤਖਲੀਕ ਕਾਇਨਾਤ ਜਿਹਨਾਂ ਮੂੰਹ ਅੱਜ ਜ਼ਬਾਨਾਂ ਹੋਵੇ ਨਾ, ਆਖਰੀ ਹਜ ਤੋਂ ਵਾਪਿਸ ਵੱਲੇ ਮੁਕਾਮੇ ਗਦੀਰ ਤੇ ਪਹੁੰਚੇ, ਫੌਰਨ ਜਿਬਰਾਈਲ ਆ ਗਿਆ ਆਖੋ ਜੈ ਮੁਹੰਮਦ ਇਹ ਕਿਹਾ ਤਾ ਮੈਨੂੰ ਤੇਰੀਆਂ ਜ਼ੁਲਫਾਂ ਦੀਆਂ ਕਸਮਾਂ, ਤੁਹਾਡੀਆਂ ਯਾਤੀਆਂ ਸੁਰਮਿਆਂ ਦੀਆਂ ਕਸਮਾਂ, ਗਲੀਆਂ ਚੁੜਨ ਦੀਆਂ ਕਸਮਾਂ, ਇਹ ਕਿਹਾ ਤਾ ਇਤਨੀ ਇਬਾਦਤ ਨਾ ਕੀਤੀ ਕਰ ਤੇਰੀਆਂ ਅੱਖਾਂ ਤੇ ਵਰਮ ਆ ਗਏ। ਅੱਜ ਆਖਿਆ ਸੈ ਮੁਹੰਮਦ ਜਿਹੜੇ ਸਮਝਦਾਰ ਬੰਦੇ ਬੈਠੇ ਹੋ, ਤੂੰ ਇਹ ਮੇਰੀ ਰਿਸਾਲਤ ਦਾ ਕੋਈ ਕੰਮ ਕੀਤਾ ਹੀ ਨਹੀਂ ਬੇਟਾ ਮੇਰੇ ਵੇਖ, ਅਗਰ ਅੱਜ ਇਹ ਨਹੀਂ ਉਹ ਕੀਤਾ। ਜਿਬਰਾਈਲ ਆ ਕੇ ਆਖਿਆ ਅੱਲਾ ਪਿਆ ਦੇਈ ਮੇਰੀ ਨਬੂਵਤ ਦਾ ਤੂੰ ਕੰਮ ਕੀਤਾ ਹੀ ਕੋਈ ਨਹੀਂ ਅਗਰ ਇਹ ਨਹੀਂ ਉਹ ਕੀਤਾ। ਸਰਵਰ ਆਲਮ ਡਿੱਠਾ ਜਿਬਰਾਈਲ ਤੇ ਕਿਹੜਾ ਕੰਮ, ਉਸ ਅੱਗੇ ਅੱਲਾ ਪਿਆ ਦੇਈ ਪਲਾਣਾ ਦਾ ਬਣਾ ਮਿੰਬਰ, ਬਿਰਾ ਨੂੰ ਨਾਲ ਸਵਾਰ ਚਕਰ ਤੇ ਅਲੀ ਦੀ ਵਿਲਾਇਤ ਦਾ ਐਲਾਨ ਚਕਰ। ਭਾਈ ਕਿਆ ਬਾਤ ਹੈ ਤੁਹਾਡੀ, ਹੈਦਰੇ ਤੁਹਾਨੂੰ ਗਾਜ਼ੀ ਰੰਗ ਲਾਵੇ, ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਹੋਵੇ, ਤੁਸੀਂ ਜੀਓ ਪਏ, ਤੁਹਾਨੂੰ ਤਾਂ ਸ਼ਾਲਾ ਕੁਝ ਹੀ ਨਾ ਹੋਵੇ। ਬੜੇ ਸਮਝਦਾਰ ਬੰਦੇ ਬੈਠੇ ਹੋ, ਐਂ ਆਖਿਓ ਤੇਰੀ ਨਬੂਵਤ ਖਤਰੇ 'ਚ। ਸਰਕਾਰ ਸਦੇ ਸਲੇਮਾਨ ਜੀ ਮਾਲਕ ਇਮਾਮ ਐਲਾਨ ਕਰ, ਜਿਹੜੇ ਅੱਗਾਂ ਵਾਗੇ ਉਹਨਾਂ ਨੂੰ ਪਿੱਛਾ ਸਾਧ, ਜਿਹੜਾ ਪਿੱਛਾ ਨੂੰ ਉਹਨਾਂ ਨੂੰ ਅੱਗਾਂ ਸਾਧ। ਅੱਲਾ ਯਾਤੀ ਕਰੀ ਮੌਲਾ ਸ਼ਫਾ ਦੇਵੀ। ਐਂ ਬੜੇ ਸਮਝਦਾਰ ਬੰਦੇ ਬੈਠੇ ਹੋ, ਜੇ ਆਖਿਓ ਹਈਆ ਆਲਾ ਖੈਰ ਅਮਾਲ, ਅਗਲੇ ਪਿੱਛਾ ਅੱਟੇ ਪਿਛਲੇ ਅੱਗਾਂ ਆਏ, ਤੁਹਾਡੀਆਂ ਯਾਤੀਆਂ ਮੈਨ ਫਰਮੈਨੋ ਜਲਦੀ ਕਰੋ, ਉੱਠ ਤੂੰ ਪਲਾਣ ਲਓ, ਉੱਠ ਤੂੰ ਪਲਾਣ ਲੈ ਗਏ ਕੁੱਕੜ ਹੱਟੇ ਵਾਲਿਓ, ਅੱਲਾ ਤੁਹਾਡੀ ਯਾਤੀ ਕਰੇ। ਭਾਏ ਕਿ ਇੰਜ ਵੇ ਦਿਓ ਮਲੂਆਂ ਦਾ ਖੜੇ ਹੋਇਆ ਬੰਦਾ ਗੁਲੇ ਦੇ ਬੈਠੇ ਨੂੰ, ਤੁਸਾਂ ਮੇਦਰ ਵੇਖੋ ਐਂ ਇਬਾਦਤ ਕਦੀ ਨਮਾਜ਼ ਹੈ ਚੀਜ਼ ਦਾ ਭਾਏ ਕਿ ਡਿੱਠਾ ਹੀ ਨੇ। ਬੜੇ ਸਮਝਦਾਰ ਬੰਦੇ ਬੈਠੇ ਹੋ, ਪਲਾਣਾ ਦਾ ਮਿੰਬਰ ਬਣ ਗਿਆ, ਤੁਸਾਂ ਜੀਓ ਪਏ, ਮੁਹੰਮਦ ਪਾਕ ਸਵਾਰ ਹੋ ਗਏ ਮਿੰਬਰ ਤੇ, ਅਲੀ ਨੂੰ ਸਦਿਆ। ਅੱਲਾ ਜਾਣਦਾ ਅਮੀਰ ਅਲ ਮੋਮਿਨੀਨ ਫਰਮਾਉਂਦੇ ਨੇ ਮੈਨੂੰ ਆਪਣੇ ਭਰਾ ਮੁਹੰਮਦ ਦੀ ਤਾਕਤ ਦਾ ਗਦੀਰ ਤੇ ਪਤਾ ਲੱਗਾ ਹੈ। ਜਿਹੜੇ ਸਮਝਦਾਰ ਅਢਾਈ ਆਏ ਬੈਠੇ ਹੋ, ਜਦੋਂ ਮੇਰੇ ਬਾਜ਼ੂ 'ਚ ਪਕੜਿਆ ਸੂ ਮੈਨੂੰ ਇੰਚ ਆਇਆ ਸੀ ਜਿਵੇਂ ਬੱਚੇ ਨੂੰ ਚਵੀਂਦਾ ਹੈ ਇੱਕ ਹੱਥ ਨਾਲ, ਤੁਹਾਡੀ ਹਯਾਤੀ ਹੋਵੇ। ਬੜੇ ਸਮਝਦਾਰ ਬੰਦੇ ਬੈਠੇ ਹੋ, ਇਤਨਾ ਬੁਲੰਦ ਕੀਤਾ ਇਤਨਾ ਬੁਲੰਦ, ਬਗਲਾਂ ਦੀ ਸਫੈਦੀ ਨਜ਼ਰ ਆਈ। ਸਰਕਾਰ ਫਰਮਾਇਆ ਮਨ ਕੁਨ ਤੂੰ ਮੌਲਾ ਹੋ ਫਹਾਜ਼ਾ ਅਲੀਯੁਨ ਮੌਲਾ, ਜਿਸ ਜਿਸ ਦਾ ਮੈਂ ਮੌਲਾ ਉਸ ਉਸਦਾ ਅਲੀ। ਤੇਰੀਆਂ ਜ਼ਿੰਦਗੀਆਂ ਤੁਸੀਂ ਕੁਰੇਸ਼ੀ ਨਾ ਦਿਓ, ਐਸਾ ਜ਼ੀਰੋ ਤੇ ਆਊਟ ਆ ਸੇ, ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਹੋ ਮੈਨੂੰ। ਜਿਹੜਾ ਅੱਲਾ ਨੇ ਹੁਕਮ ਦਿੱਤਾ ਹੈ ਤੇ ਮੁਹੰਮਦ ਨੇ ਐਲਾਨ ਕੀਤਾ ਹੈ, ਸ਼ਕਲ ਜਨਾਬ ਦੇ ਸਾਹਮਣੇ ਪੇਸ਼ ਕਰ, ਮੌਲਾ ਤੁਹਾਨੂੰ ਵੱਡੇ ਰੰਗ ਲਾਵੇ, ਇਮਾਮੇ ਜ਼ਮਾਨਾ ਤੁਹਾਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ, ਮੌਲਾ ਤੁਹਾਨੂੰ ਕੋਈ ਦੁੱਖ ਤਕਲੀਫ ਨਾ ਦੇਵੇ। ਮਿਲ ਕੇ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਤੇ, ਅਲਾਹੁਮਾ ਸ਼ਾਦੀ ਵਾਲਾ ਓਏ ਹੋਏ ਹੋਏ ਬਾਬੋ ਸ਼ਾਦੀ 'ਚ ਭਰਨਾ, ਅੱਛਾ ਤੁਹਾਡੀਆਂ ਯਾਤੀਆਂ ਮਾਨ ਨਹੀਂ ਬਲਾ ਛੁੜੇਂਦੇ ਨਹੀਂ ਹੈ। ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਤੇ, ਅਲਾਹੁਮਾ ਮਹਬੂਬ ਮੁਹੰਮਦ ਮੇਰਾ ਪੈਗਾਮ ਪਹੁੰਚਾ ਜਾ, ਆ ਮਹਬੂਬ ਮੁਹੰਮਦ ਤੁਹਾਡੀਆਂ ਜ਼ਿੰਦਗੀਆਂ ਮੈਂ ਪਹੁੰਚਾ ਜਾ, ਆ ਮਹਬੂਬ ਬਚੜਾ ਮੁਹੰਮਦ ਮੇਰਾ ਪੈਗਾਮ ਮੈਂ ਪਹੁੰਚਾ ਜਾ, ਆ ਮਹਬੂਬ ਮੁਹੰਮਦ ਜੀਓ ਪਹਿਗਾਂ ਮੈਂ ਪਹੁੰਚਾ। ਇੱਕ ਮਜਲਾ ਸੀ ਇਬਾਦਤ ਹੈ ਜਿਸ ਵਿੱਚ ਬੋਲੋ ਨਾ ਇਬਾਦਤ ਹੈ, ਮੁਹੰਮਦ ਮੇਰਾ ਪਹਿਗਾਂ ਮੈਂ ਪਹੁੰਚਾ, ਆ ਮਹਬੂਬ ਮੁਹੰਮਦ
ਸਾਡੀਆਂ ਜ਼ਿੰਦਗੀਆਂ ਮੈਂ ਪਜਾ ਜਾ ਮਹਮਦ ਮੇਰਾ ਪੈਗਾਮ ਮੈਂ ਪਜਾ ਜਾ ਬੋਜੀਓ ਪੈਗਾਮ ਪਹੁੰਚਾ ਸਮਝ ਲੱਗਦੀ ਪਈ ਹੈ ਨਾ ਮੈਂ ਪਹੁੰਚਾ ਜਾ ਮਹਮਦ ਮੇਰਾ ਪੈਗਾਮ ਪਹੁੰਚਾ ਜਾ ਤੁਹਾਡੀਆਂ ਹਯਾਤੀਆਂ ਹਾਂ ਮੈਂ ਪਚਾਚਾ ਹਾ ਪਾਲਾਣਾ ਦੇ ਮਿੰਬਰ ਉਤੇ ਪਾਲਾ ਜੀਓ ਮਿੰਬਰ ਉਤੇ ਮਨ ਕੋਨ ਤੋ ਸੁਣਾ ਚਾ ਮਾਬੂ ਕਿਆ ਬਾਤ ਹੈ ਮੇਰਾ ਪੈਗਾਮ ਪਹੁੰਚਾ ਜਾ ਤੁਹਾਡੀਆਂ ਹਯਾਤੀਆਂ ਬਾਤ ਤੁਹਾਡੀ ਭਾਈ ਕਿਆ ਬਾਤ ਹੈ ਬਹੁ ਜੀਓ ਪੰਜ ਸੱਤ ਬੰਦੇ ਚੁੱਪ ਬੈਠੇ ਹਨ ਕਰੇ ਸਾਈਨਾਂ ਦੇ ਨਾਲ ਹੀ ਕੁਝ ਤੇਰੀ ਹਯਾਤੀ ਹੋਵੇ ਵਿਰਾ ਦਾ ਬਾਜ਼ੂ ਬੁਲੰਦ ਕੀਤਾ ਇਤਨਾ ਬੁਲੰਦ ਕੀਤਾ ਬਗਲਾਂ ਦੀ ਸਫੈਦੀ ਨਜ਼ਰ ਆਈ ਹਾਏ ਹਾਏ ਅੱਲਾ ਜਾਣਦਾ ਮੁਸਕਰਾਂ ਦੇ ਖਲੇਨ ਮੁਸਕਰਾ ਕੇ ਗਿਆ ਦੇਣਾ ਦਿਲ ਏ ਮੇਰਾ ਵਸੀ ਤੇ ਬਲੀ ਆਈਲੀ ਹੈ ਕਿਤੇ ਟੁਰ ਗਿਆ ਆਈਲੀ ਯਾਰ ਮੇਰਾ ਵਸੀ ਤੇ ਬਲੀ ਆਈਲੀ ਹੈ ਓ ਜਸ ਜਸ ਦਾ ਮੈਂ ਮਾ ਪਿਆਤੇ ਉਸ ਦਾ ਆਈਲੀ ਹੈ ਜਸ ਜਸ ਦਾ ਮਹਿਮਾ ਬੋਜੀਓ ਉਸ ਦਾ ਆਲੀ ਹੈ ਏ ਬਾ ਜ਼ੁਬੀਰਾ ਦਾ ਹਰ ਇੱਕ ਨੂੰ ਤੂੰ ਦਿਖਾ ਜਾ ਆ ਏ ਬਾ ਤੁਹਾਡੀਆਂ ਜ਼ਿੰਦਗੀਆਂ ਵਨ ਹਰ ਇੱਕ ਨੂੰ ਤੂੰ ਦਿਖਾ ਜਾ ਹਾ ਝਗੜਾ ਨਾ ਰਹੇ ਪੱਗ ਦਾ ਝਗੜਾ ਕਿਆ ਬਾਤ ਹੈ ਦਸ ਤਾਰੇ ਬਧਾ ਚਾ ਬਾਬ ਬਹੁ ਜੀਓ ਪਹਿਰਾਮ ਪਹੁੰਚਾ ਜਾ ਲੀ ਤੁਹਾਡੀ ਹਯਾਤੀ ਹੋਵੇ ਮੌਲਾ ਤੁਹਾਨੂੰ ਰੰਗ ਲਾ ਆਬਾਦ ਰਹੋ ਹੁਣ ਜਬਾਨੀਆਂ ਦਾ ਹੁਕਮ ਕਈ ਬੰਦੇ ਅਬਤਰ ਹੋਏ ਬੈਠੇ ਨਾ ਲਾਂਦੇ ਦਾ ਪਤਾ ਨਹੀਂ ਨਾ ਉਭਰਦੇ ਦਾ ਇਹ ਬੋਲਣ ਕਬਰ ਚ ਹੀ ਕੰਮ ਆਉਣਾ ਨਹੀਂ ਤੂੰ ਛਗਲਿਆ ਰੱਗਾਂ ਮੰਨਣੀਆਂ ਸਾਦਕ ਆਲੇ ਮੁਹੰਮਦ ਦਾ ਫਰਮਾਨ ਹੈ ਜਿਹੜਾ ਬੰਦਾ ਸਾਡੀ ਫਜ਼ੀਲਤ ਸੁਣ ਕੇ ਖੁਸ਼ ਹੋਵੇ ਔਰ ਆਸ਼ਿਸ਼ ਕਰਕੇ ਦਾਤ ਦੇਵੇ ਸਾਡੀ ਫਜ਼ੀਲਤ ਦੀ ਗਵਾਹੀ ਦੇਵੇ ਉਹ ਬੰਦਾ ਆਪਣੀ ਮਾਂ ਦਾ ਸ਼ੁਕਰੀਆ ਅਦਾ ਕਰੇ ਜਾਂ ਉਹਨੂੰ ਹਲਾਲ ਦਾ ਜਾਇਆ ਤੁਹਾਡੀ ਹਯਾਤੀ ਕਿਆ ਬਾਤ ਹੈ ਕਿਆ ਬਾਤ
شادی علی دی ہو گئی، زورا واپس آ گیا، تسا ہلے ہی دے تسیں تے کیا مطلب دے نا مولا جنت آئے دارے اے تیری حیاتی ہوئے، زورا واپس آ گیا، سورج ڈٹھا گئے اور سکھ آ گئے علی دی شادی دا حال، اس وقت امیر المومنین لنگر آسمان و زمین دی شادی، بیٹا بولو، کوشش کرو مت بول ہی پہو تو انوال لاندہ ہی ہوئے، تو میں چھوٹا جے تارہ کے بیان کرنا، سورج آکھے تے شادی ڈٹھی کائی نہیں ہو، اس وقت بڑی ڈٹھی ہے، ودستہ کیوں نہیں ہو، اس وقت سچی پوچھیں علی دی اتنی وسیع شادی آئی میری سمجھ چاہی نہیں آئے، کیا بات ہے بھائی تسا حق ادا کر دے داری، انہاں کے کئی گل تے تن یاد ہو سی سہی، اس کے سچی پوچھو من ایک دو موٹیاں موٹیاں گلاں یاد ہیں، سارے اکٹھے ہو ونجو جو منو ایک ایک نو نہ دسنی پوے، سورج نان کی دس ستارے نہ جاؤ، زہرا آ گیا علی دی شادی دا حال پوچھئے، او سارے ستارے اکٹھے ہو گئے، جی ادھے زہرا تے دو دو دوے تیری حیاتی ہوے انشاءاللہ نت ٹریا رہے تے ہکے جا تے رکھے نو، بڑے سمجھدار بندے بیٹھے ہو، اے سارے ستارے اکٹھے ہو گئے جی ادھے زہرا ادھو ادھو دوے، اس اتنے دسیاں علی دی شادی دی گلاں تے میں ککڑ ہٹے پہ دسیاں، مل کے درود بھیجو آل محمد دی ذات الہم، چٹی سمجھ کے نہ پڑھی کرو، عبادت سمجھ کے پڑھی کرو، اللہم اے شادی علی دے، اے شادی علی دے، اے شادی جڑے ادلے بیٹھے ہو، ادلے بولن دا مقابلہ ہے، علی دے اے شادی، اے شادی علی دے مونجیو، شادی علی دے اے شادی، شادی بچڑے شادی علی دی، جڑا بندہ شادی چپ رہے او بھکھا رہ ویندا ہے، شادی قسیم رزق دی، شادی علی دے زندہ باد، علی دے اے شادی، مولا تون وڈے رنگ لاوے، شادی علی دے شادی علی دے، شادی بونجیو شادی علی دے، شادی زہرانو خمار کو کڑٹے آلیوں علی دی شادی دا، شادی تیری جرات ہے تم نہ بولے سے قابو ہو با، تو کو کیا دساں سیدا دیا خوشیاں میں کیا سنا، شادی بونجیو بونجیو شادی، تہاڈی حیاتی ہوئے اے دری، زورا دسیں دا پی اے علی دی شادی تے کے کی آئی، تو تا ڈوگی سوچ اچ بیٹھا ہے کون کون آئی، زورا ویکھ کے کیا دے یاد آئے، بنری تے بنرا توہیں بے مثال شادی دے وچ آئی، اے خود زل جلال، کیا بات ہے تھوڑی یار تسا حق ادا کر دی، ہائے دری تیری جوانی سلامت رہے، زورا ویکھ کے کیا دے یاد آئے، بنری بنرا دوہ بے مثال شادی دے وچ آئی، خود زل جلال اے بنری تے بنرا دیو مثال شادی ایدے وچ آئی، خود زل جلال اے انجو روپ چڑیا چہرے سخی تے
ਹਾਂ ਅਲੀ ਦੇ ਚਿਹਰੇ ਤੇ, ਅਲੀ ਦੇ ਚਿਹਰੇ ਚਿਹਰੇ ਕਿਆ ਹਾਂ ਅਦਾਵਾਂ ਹਰ ਮੁਰਸਲ ਜਿੱਤੀਆਂ ਰੱਜ ਕੇ ਦੁਆਵਾਂ ਸ਼ਾਦੀ ਅਲੇ ਦੇ ਤੁਹਾਡੀ ਹਯਾਤੀ ਹੋਵੇ ਤੁਹਾਡੀਆਂ ਜ਼ਿੰਦਗੀਆਂ ਜਿਹੜਾ ਬੰਦਾ ਨਹੀਂ ਬੋਲਿਆ ਕਿਉਂ ਬੁਲਾਇਆ ਆਪਣਾ ਇਹ ਤੇ ਵੱਧ ਸਹੀ ਉਹਦੇ ਖਾਕੀ ਕੱਪੜੇ ਆ ਲਿਆ ਉਹਨੂੰ ਦਾਵਤ ਪੈ ਦੇਣਾ ਚੰਨ ਡਿੱਠਾ ਚੰਨ ਮਲੰਗ ਚੰਨ ਆਦੇ ਜ਼ੋਰਾ ਦਾ ਸਲੀ ਦਾ ਸਿਹਰਾ ਕੀਓ ਜੀ ਆਈ ਅਲੀ ਦਾ ਸਿਹਰਾ ਜ਼ੋਰਾ ਦੱਸੇ ਦਾ ਪੀਏ ਜ਼ੋਰਾ ਵੇਖ ਕੇ ਕੀ ਆਦਿਆ ਦਾ ਸਿਹਰ ਅਲੀ ਵਿੱਚ ਹਲ ਬਾਹਰ ਲੜੀਆਂ ਹਰ ਇੱਕ ਲੜੀ ਵਿੱਚ ਆਇਆ ਤਾਂ ਜੜੀਆਂ ਕਿਆ ਬਾਤ ਹੈ ਯਾਰ ਤੁਹਾਡੀ ਅਲੀ ਤੁਹਾਡੀਆਂ ਜ਼ਿੰਦਗੀਆਂ ਹੋਵਨ ਜ਼ੋਰਾ ਵੇਖ ਕੇ ਕੀ ਯਾਦ ਆਏ ਸਿਹਰ ਅਲੀ ਵਿੱਚ ਬਹੁ ਜੀਓ ਬਹੁ ਜੀਓ ਲੜੀਆਂ ਹਰ ਲੜੀ ਵਿੱਚ ਆਇਆ ਆ ਸਿਹਰ ਅਲੀ ਵਿੱਚ ਵੇਖਣਾ ਮੈਂ ਤੇਰੇ ਅਜੀ ਆਲਿਆਂ ਹਰ ਇੱਕ ਲੜੀ ਵਿੱਚ ਇਨਮਾ ਦੀ ਮਹਿੰਦੀ ਤੁਹਾਡਾ ਗਾਨਾ ਬੈਠੋ ਜਾਂ ਵੱਗ ਗਏ ਤੇ ਤੁਹਾਡਾ ਮੁੱਕਦੇ ਮੁਕਾਮਾ ਯੂਸੇਫ ਵੀ ਲੰਘਿਆ ਤਲ ਕਰ ਨਿਗਾਵਾਂ ਸ਼ਾਦੀ ਅਲੇ ਦੇ ਸ਼ਾਦੀ ਅਲੇ ਦੇ ਆਬਾਦ ਰਹੋ ਇਹ ਤੁਹਾਡਾ ਹੁਕਮ ਨੇ ਹੈ ਮਾਰੋ ਲਾ ਰੱਖਾ ਸਾਹਿਬ ਬੈਠੇ ਨੇ ਮੇਰੇ ਬਾਤ ਪੜ੍ਹ ਸਨ ਮੇਰੇ ਤੋਂ ਅੱਛਾ ਪੜ੍ਹਨ ਵਾਲਾ ਮੇਰਾ ਬੇਟਾ ਹੈ ਜਿਹੜੇ ਰੋਣ ਆਏ ਹੋ ਕਿ ਆਪਣੇ ਵਤਨ 'ਤੇ ਬਹਿ ਕੇ ਬੇਵਤਨਾਂ ਨੂੰ ਰੋ ਆਵਾਂ ਸ਼ਾਬਾਸ਼ ਚਿੱਟੀ ਦਾੜੀ ਵਾਲਿਆ ਹਰ ਰੱਖੋ ਸਵੈਨ ਨੂੰ ਨਹੀਂ ਰੋ ਸਕਦੀ ਹਯਾ ਲਈ ਅੱਖ ਲਾਉਂਦੀ ਹੈ ਨੌਕਰਾਂ ਬੇਹਯਾ ਅੱਖ ਨੂੰ ਨੌਕਰ ਆਮ ਹੈ ਜੋ ਤੁਹਾਡਾ ਖਾਦੇ ਮਾਂ ਹੌਸਲਾ ਹੁਣ 'ਤੇ ਮਾਤਮ ਕਰਨ ਵਾਲਾ ਬੁੱਢੜਾ ਬੇਹਯਾ ਅੱਖ ਨੂੰ ਕਿਹਾ ਪਤਾ ਜੋ ਅਲੀ ਦੀ ਦੇਹ ਕਿਵੇਂ ਲੁਟੀਂਦੀ ਰਹੀ ਹੈ ਸ਼ਾਬਾਸ਼ ਤੁਹਾਡਾ ਖਾਦੇ ਮਾਂ ਮੇਰਾ ਬਾਰਵਾਂ ਆਕਾਸ਼ ਜ਼ਿਆਰਤ ਨਾਹੀਅਤ ਫਰਮਾਇੰਦੇ ਨੇ ਹਰ ਮਜਲਾ ਸਚੇਂਜ ਰੁਨੇ ਕਰੋ ਜਿਵੇਂ ਯਾਰੀ ਅਲੀ ਰਾਤੀ ਸਾਡੀ ਚਮਟ ਪਰਦਾਦਾਰ ਰੁਨੀ ਹੈ ਰੋਵਣ ਨੇ ਹਾਏ ਜ਼ਰੂਰ ਕਰ ਛੁੜਿਆ ਨੌਕਰਾਂ ਭਾਈ ਸਾਹਿਬ ਨੌਕਰਾਂ ਜਿਹੜੇ ਨਹੀਂ ਰੋਂਦੇ ਹੁਸੈਨ ਦੇ ਕੁਝ ਨਹੀਂ ਲੱਗਦੇ ਮੈਂ ਗਰੀਬ ਸੱਯਦ ਦੀ ਦੁਆ ਆਈ ਨੇ ਤੁਹਾਡੀਆਂ ਹੰਝੂ ਬਤੂਲ ਦੀ ਬਾਰਗਾਹ 'ਚ ਮਨਜ਼ੂਰ ਹੋਵਾਂ ਤੇਰੀ ਹਯਾਤੀ ਹੋਵੇ ਮੌਲਾ ਤੈਨੂੰ ਸ਼ਫਾ ਦੇਵੇ ਬੱਚੇ ਹੀ ਰੋਵਣਾ ਸ਼ੁਰੂ ਕਰ ਦਿੱਤਾ ਹੈ ਫਕਤ ਦੋ ਜੁਮਲੇ ਮਸਾਹਿਬ ਦੇ ਮੌਲਾ ਮੋਹਸਨ ਸ਼ਾਹ ਨੂੰ ਰੰਗ ਲਾਵੇ ਮੇਰਾ ਅਜ਼ੀਜ਼ ਹੈ ਇਹਦੇ ਬੱਚਿਆਂ ਦੀ ਹਯਾਤੀ ਇਹਦੇ ਭਾਂਜੇ ਨੂੰ ਮੌਲਾ ਸ਼ਫਾ ਦੇਵੇ ਇੱਕ ਦੀ ਉਮਰ 5 ਸਾਲ ਹਾਏ ਤਾਂ ਕਰ ਛੋੜੋ ਇੱਕ ਦੀ ਉਮਰ 7 ਸਾਲ ਸ਼ਾਬਾਸ਼ ਮੁਸਲਿਮ ਦੇ ਬਛੜੇ ਜੀ ਨੌਕਰਾਂ ਮੌਲਾ ਤੁਹਾਡੇ ਬਾਬੇ ਦੇ ਦਰਜਾਤ ਬੁਲੰਦ ਫਰਮਾਵੇ ਹਾਂਜੀ ਚਲੋ ਠੀਕ ਮੈਂ ਹੋਰ ਕੁਛ ਚੱਪੜਨਾ ਤੇਰੀ ਹਯਾਤੀ ਹੋਵੇ ਉੱਥੇ ਫਰਮਿੰਦੇ ਨੇ ਅੱਗੇ ਪੜ੍ਹੀ ਗਏ ਅੱਛਾ ਕੁਰੇਸ਼ ਸਾਹਿਬਾਦ ਨੇ ਹਾਂਜੀ ਅੱਛਾ ਠੀਕ ਕੋਈ ਹਰਜ ਨਹੀਂ ਮੁਸਲਿਮ ਦੇ ਬਛੜੇ ਅੱਬਾਸ ਤੇ ਬਣੇ ਰੁਕਈਆ ਦੇ ਲਾਲ ਅਲੀ ਦੇ ਦੋਫਤਰੇ ਅਕੀਲ ਦੇ ਪੋਤਰੇ ਉਹ ਜਿਹੜੇ ਜਵਾਨ ਆਏ ਬੇਟੇ ਕਿਆ ਬਾਤ ਹੈ ਤੁਹਾਡੀ ਯਾਰ ਇਹ ਤਾਂ ਬੜੀ ਮਨਜ਼ੂਰੀ ਵਾਲੀ ਮਜਲਿਸ ਹੈ ਤੇਰਾ ਨੌਕਰਾਂ ਬਾਬੇ ਦੀ ਸ਼ਹਾਦਤ ਤੋਂ ਬਾਅਦ
قید گزار رہے ہیں نہ کٹھی نہ علیحدہ علیحدہ قید. ہو جڑے جوان آئے بیٹھے ہو, چھوٹا شہزادہ ایک قید خانے چ بند ملنگ, بڑا شہزادہ ایک قید خانے چ بند. مشکور دروغا تیری زندگی ہوئے عید دی رات ہر قیدی اچ کھانا تقسیم کیتس. یار اللہ جانے بے وارے سمجھ کے یاد رس رہا ہے. نوکرا نوکرا جی بابا جی نوکرا تھوڑا خادما یا یتیم سمجھ کے یاد نے سرائے ہائے کر چھڑے آئے جڑے پرانے بندے آئے بیٹھے ہو. تیری زندگی دراز ہوئے تو بہت بڑا آزادار ہے. اللہ جانتا ہے یہ دو پیاسے بکھے مسافر یتیم سید رہ گئے ہیں. مشکور ہے میں آ کے سم گیا حالو اللہ رات ڈلی ہے درد چھائے پہ کرے نئے میں عالم خواب ڈیٹھے دروازے آسمان دے کھل گئے وچ ایک ماری نور دی لتھی ہے وچ ایک سیاہ پوشاک علی بی بی ظاہر ہوئی ہے جوانا جن دے دوئے ہاتھ پاسے تے رکھے ہوئے تیری حیاتی ہوئے جن دے متھے نو موت دی پٹی ماری ہوئی ہے تیری حیاتی ہوئے. اللہ جانتا سران دی آ کھلی ہے حقل مار کے دی مشکور ہر کسی نو اولاداں پیاری ہوندیاں جی میں عید دی رات تو اپنے بچیاں چ خوشی ستو ہویا ہے تیری حیاتی ہوئے میرے دو بھکھے تے تسے مٹی تے رول دے پئے نہ کھانا کھوائے نہ پانی پیوائے تیرا نوکر آ حیاتی ہوئی مطلب تیرے پاس نال بیمار آیا نہ بیٹھو ہوئے جلدی دے نال اٹھے بی بی جگہ اس جاگ میں شمدان ہی بال دے مینو کھانا ہی تیار کر دے. اس دی بی بی ویکیا دی اسلے رات دے کھانے تے شمدان نو کے کرے نہ ہے یاد ہے تو تو مینو آنی نا کھانے تے شمدان نو کے کرے نہ ہے میں اسے ویلے رات دے اپنے ویڑے زہرا نو رلدا ڈٹھا ہے. شاباش تسا تھا جوڑا ہے نوکرا نوکرا جی بابا جی نوکرا نوکرا حیاتی انہیں تیری زندگی ہوئے جی نوکرا جلدی دے نال اٹھیے جوانیاں مانو شمدان بالیس کھانا تیار کیتس ایک ہتھ شمدان ایک ہتھ کھانا ٹرد ہی آتا ہے روند ہی آتا ہے ہائے تو کرو چلیا آدھا پتہ نہیں کیوں نہیں یاد رہے پتا دکھا کی ہم بھول گیا وہ سمجھ کے معافی منگساں لجپال دے بھنے کریم دے دوترے حیاتی ہوئی ہے کر کے رو مانا لا من معاف چکرے سن اگر نہ معافی دیتی انہیں انہوں نے دی نانی زہرا دا واسطہ گھتے ساں شاباش ہر آنکھ جان جا گئی میں ویکھ رہے ہیں وہ میں تیرا نوکر ہاں. اللہ جانتا آیا ہے وہ دروازہ کھولے اس جس قید خانے چ وڈا شہزادہ قید آئی شمدان ہی رکھے اس جوانا کھانا ہی رکھے اس ویکھے شہزادے دی کے حالات کے کیفیت ایک ہتھ کمر تے دوے ہتھ نال زمین تے لکیرہ مرے دا بیٹھا میں تیری اکھ دا زامن ہاں رو رو کے آدھے بیٹھے وطن تے مرے آ تیرے مرن دے مول پوے نا نوکرا نوکرا میں یتیما مسافرا جی نوکرا تہاڈا خادما اللہ راسیاں میرے کول غسل و کفن دا انتظام ہی کوئی نہیں کیا بات ہے یار تا جی نوکرا ہر بندے کو رلاونا شروع کر دیتا ہے جی بھائی صاحب نوکرا تیرا نوکرا اللہ حیاتی کری ہاتھ نہ جوڑ تیرا جو خادما وطن تے مرے آ تیرے مرن دے ملپ میں نا میں تیرا نوکر ہاں وطن تے مرے آ تیرے مرن دے ملپ میں نا اس عقل ماری شہزادہ عباس دا بنے آ مسلم دا لال اور رکیہ دا ناز سید نے بھائیں کے لیتا مشکور ہیں ہاں مشکور ہاں کہ گلے کھانا کھا فرمیدن کیوں مشکور تے نوسا ہون یاد آیا ہائے ادھا ناراض نہ ہوئے آئے میں خاکیاں بھل گیا تواڈی نانی خواب چا جگایا تیری حیاتی ہوئے نانی دا نام آیا وڈے دی ڈھا نکل گئی ہے رو کے ادھا ساڈے مگے رل دی تا ودی ہے نا آئے کیا بات ہے نوکرا نوکرا تیری زندگی جی بابا جی نوکرا ساڈے مگے رل دی تا ودی ہے نا زندگی ہو بھی ساڈے مگے رل دی تا ودی ہے اللہ جانتا ہے کھانا کھا فرمائیں در مشکور تیری چھوٹی چھوٹی اولاد ہے میں سوچ کے دس جنہاں دے چھوٹے بھرا پردے سچ مر ونجے اوئے ہائے تو کر چھوڑو انہاں نوں کوئی کھانے یاد رہن دین یاد تن کیویں پتہ تیرا بھرا مر گیا
ਫਿਰ ਮੈਨੂੰ ਕੱਲ ਦੀਗਰ ਮੈਂ ਭਰਾ ਨੂੰ ਸੱਟ ਮਾਰਿਆ, ਭਰਾ ਮੈਨੂੰ ਜਵਾਬ ਦਿੱਤਾ ਹਯਾਤੀ ਉਹਨੇ, ਬਟ ਮੈਂ ਮੁੜਦੀ ਦੀਗਰ ਹਕਲ ਮਾਰੀਏ। ਮੈਂ ਪੁੱਛਿਆ ਵੀਰ ਹੁਣ ਕਿਵੇਂ ਪੈ ਨਿਭਦੀ ਆਈ, ਮੈਨੂੰ ਤਾਂ ਤਪਦਾ ਜ਼ੋਰ ਹੈ, ਜ਼ਮੀਨ ਦਾ ਤਾ ਖਾਂਦਾ ਹੈ, ਡਰਾਕਲੇ ਡਰਾਕਲੇ ਖਾਬ ਆਉਂਦੇ, ਬਟ ਮੈਂ ਭਰਾ ਨੂੰ ਸੱਚ ਸੱਦ ਰਿਹਾ, ਮੈਨੂੰ ਭਰਾ ਜਵਾਬ ਨਹੀਂ ਦਿੱਤਾ। ਪਤਾ ਹੀ ਨਾ ਸਈਆ ਦਾ ਹਯਾਤੀ ਹੋਈ, ਅਲਮਾਲੇ ਦਾ ਬਣਿਆ ਮੇਰਾ ਅੱਲਾਹ ਦੇ ਨਾਂ ਦਾ ਸਵਾਲ ਹੈ, ਜਵਾਨੋ ਸਵਾਲ ਦਾ ਨਾਮ ਆਇਆ ਤੜਪ ਗਿਆ, ਤਾਂ ਤੂੰ ਜੂ ਗਾਜ਼ੀ ਦਾ ਬਣਿਆ, ਤੂੰ ਹੁਕਮ ਕਰ। ਫਿਰ ਮੈਂ ਮਿੰਨਤ ਲਾ ਦਰਵਾਜ਼ਾ ਖੋਲ, ਤੇਰੀ ਜ਼ਿੰਦਗੀ ਹੋਵੇ ਮੈਨੂੰ ਵੇਖਣ ਦੇ, ਅੱਲਾ ਜਾਣੇ ਪਰਦੇਸਾਂ 'ਚ ਯਤੀਮ ਕਿਵੇਂ ਮਰਦੇ ਨ। ਵਾਹ ਵਾਹ ਤੁਹਾਡੀ ਹਯਾਤੀ ਖਤਮ ਪੜ੍ਹਾਈ, ਇੱਕ ਦਾ ਇੱਕ ਵੈਣ ਇਸ ਦਰਵਾਜ਼ਾ ਖੋਲਿਆ, ਭਰਾ ਭਰਾ ਦੋ ਇੰਜ ਆਇਆ ਜਵਾਨੋ ਜਿਵੇਂ ਝਿੱਕ ਦੋ ਪਾਣੀ ਆਉਂਦਾ ਹੈ, ਭਰਾ ਦੇ ਚਿਹਰੇ ਦੀ ਰੰਗਤ ਡਿੱਠੀ ਸੀ, ਹਕਲ ਮਾਰ ਗਿਆ ਦੇ ਜਾ ਗਿਆ ਪਰਦੇਸ ਚੇਂਜ ਨਹੀਂ ਸਮੀਂਦਾ, ਆਦਾ ਦੁਸ਼ਮਣ ਜ਼ਮਾਨਾ ਏ ਮਾਂ ਵੀ ਬਹੁ ਦੂਰ ਏ। ਤੁਹਾਡੀਆਂ ਜ਼ਿੰਦਗੀਆਂ ਨੌਕਰਾਂ ਤਰਾ ਅਕਲਾਂ ਮਾਰੀਆਂ ਸ ਕੋਈ ਜਵਾਬ ਨਹੀਂ ਆਇਆ, ਵੱਡਾ ਵੇਖ ਕਿਆ ਦਾ ਜਿਵੇਂ ਅੱਗੇ ਸਾਨ ਲਾਇਆ ਹੀ ਇੱਕ ਮਿੰਨਤ ਹੋਰ ਲਾ, ਕਈ ਮਿੰਨਤ ਘਰ ਲਗਾਵਾਂ ਜਾਂ ਆਪਣੀ ਬੀਵੀ ਨੂੰ ਸਾਡਾ ਹਾਂ, ਕਿਉਂ ਮੇਰਾ ਛੋਟਾ ਬਿਰਾ ਮਾਦ ਕੋਲ ਸੰਮਣ ਦਾ ਦੀਏ, ਤੇਰੀ ਬੀਵੀ ਆਵੇ ਮੇਰੇ ਬਿਰਾ ਦਾ ਸਰ ਝੋਲੀ ਅੱਜ ਪਾਵੇ, ਤੇ ਰੋ ਕੇ ਆਖੇ ਜਾ ਗੋ ਲਾਲ ਮਾਂ ਮਿਲਣਾ ਹੀ। ਹਯਾਤੀ ਉਹਨੇ ਮੈਂ ਜੋ ਤੁਹਾਡਾ ਨੌਕਰ ਹਾਂ ਜੀ ਬਾਬਾ ਨੌਕਰ ਹਾਂ, ਮੇਰਾ ਦਿਲ ਮੰਨਦਾ ਹੈ ਮੇਰਾ ਜੀ ਨੌਕਰ ਹਾਂ, ਹਯਾਤੀ ਹੋਈ ਮੇਰਾ ਛੋਟਾ ਬਿਰਾ ਉੱਠੀ ਵਾਸੀ, ਖਤਮ ਹੋ ਗਈ ਪੜ੍ਹਾਈ, ਦੌੜਦਾ ਗਈ ਹੈ ਘਰ ਆਇਆ, ਬੀਵੀ ਨੂੰ ਆਦੇ ਜਲਦੀ ਕਰ ਬੁਰਕਾ ਪਾ, ਇਹਦੀ ਬੀਵੀ ਆਦੀ ਹੈ ਕਿਉਂ ਇਸ ਵੇਲੇ ਕਿਤੇ ਵੱਜਣਾ ਆਦੇ ਬਾਹਰ ਵੱਜਣਾ ਹੈ, ਕਿਉਂ ਵੱਜਣਾ ਆਦੇ ਤੈਨੂੰ ਨਹੀਂ ਪਤਾ ਬਾਹਰ ਜੰਨਤ ਪਈ ਵੰਡੀਂਦੀ ਹੈ, ਤੇਰੀ ਹਯਾਤੀ ਹੋਵੇ ਟੁਰ ਪਈਏ ਦੇ ਰੱਲੇ ਜਿਹੜੇ ਮਾਤਮੀ ਆਏ ਬੈਠੇ ਹੋ ਕੈਦ ਖਾਨੇ ਚ ਆਈਏ, ਵੇਖੇ 5 ਸਾਲ ਦੀ ਉਮਰ ਮੈਲਾ ਚੋਲਾ ਮਲੂਟੇ ਹੱਥ ਜ਼ੁਲਫਾਂ ਚ ਖਾਕ ਮਿੱਟੀ ਤੇ ਸੁੱਤ ਹੋਇਆ ਹੈ, ਸੱਜੇ ਤੇ ਖੱਬੇ ਰੁਖਸਾਰ ਤੇ ਤਮਾਚਿਆਂ ਦੇ ਨਿਸ਼ਾਨ, ਅੱਲਾ ਜਾਣਦਾ ਮੈਂ ਨੌਕਰਾਂ ਵੱਡਾ ਸ਼ਹਿਜ਼ਾਦਾ ਆਇਆ ਇਹਦੀ ਬੀਵੀ ਕੋਲ, ਹੱਥ ਜੋੜ ਗਿਆ ਦੇ ਮਾਈ ਮੈਨੂੰ ਭਰਾ ਜਗਾ ਦੇ। ਹਯਾਤੀ ਉਹਨੇ ਇਹ ਬੀਬੀ ਮਿੱਟੀ ਤੇ ਬੈਠੀ ਹੈ ਜਿਵੇਂ ਨਮਾਜ਼ੀ ਤਾਂ ਸ਼ੌਹਰ ਤੇ ਬਾਂਧਾ ਹੈ, ਨੌਕਰਾਂ ਸ਼ਹਿਜ਼ਾਦੇ ਦਾ ਸਰ ਝੋਲੀਏ 'ਚ ਪਾਇਆ, ਕੰਨ ਦੇ ਨਾਲ ਮੂੰਹ ਲਾ ਗਿਆ ਦੀ ਜਾ ਗਿਆ ਮਾਂ ਮਿਲਣ ਆਈ ਨੇ, ਯਾਰ ਮਾਂ ਦਾ ਨਾਮ ਆਇਆ ਅੰਮਾ ਅੰਮਾ ਕਰਕੇ ਉੱਠੀ ਬੈਠਾ ਹੈ, ਆਦਾ ਉਸ ਵੇਲੇ ਆਈਏ ਜਦਾ ਬਾਬਾ ਮਾਰਿਆ ਗਿਆ ਹੈ, ਅਸਾਂ ਯਤੀਮ ਤੇਰਾ ਨੌਕਰ ਆ ਤੇਰਾ ਖਾਦਮਾ, ਅੱਛਾ ਛੋੜ ਦੇਵਾਂ ਤੁਹਾਡੀ ਮੁਹੱਬਤ ਡਿੱਠੀ ਹੈ ਖਤਮ ਪੜ੍ਹਾਈ, ਉਹ ਤੇਰੀ ਜਵਾਨੀ ਸਲਾਮਤ ਰਹੇ, ਯਾਰ ਵਾਂਦੇ ਦਰਿਆ ਦੀ ਮਣ ਆ ਗਏ ਬੇਦਰ ਦਿਆ ਥਾ, ਇਸ ਬੇਗੈਰਤ ਨੇ ਵਿੰਗਰੀਆਂ ਵਿੰਗਰੀਆਂ ਛੋਟੀਆਂ ਛੱਤ ਪਾਏ ਹੋਇਆ ਹੈ, ਛੋਟੇ ਤੇ ਜ਼ੁਲਮ ਕਰੇਂਦਾ ਹੈ, ਛੋਟਾ ਦਾ ਇੱਥੇ ਨਾ ਮਾਰੇ ਮੇਰੀ ਮਾਂ ਦੇ ਚੁੰਮਣ ਦੀ ਜਾਏ, ਵੱਡਾ ਦਾ ਇੱਥੇ ਨਾ ਮਾਰੇ ਮੇਰੀਆਂ ਭੈਣਾਂ ਦੀ ਬੋਸਾ ਗਾਏ, ਇਹ ਆਦਾ ਜਲਦੀ ਕਰੋ ਛੋਲੇ ਲਾਓ ਛੋਲੇ, ਛੋਲਿਆਂ ਦਾ ਨਾਮ ਆਇਆ ਹਯਾਤੀ ਉਹ ਵੀ, ਵੱਡਾ ਛੋਟੇ ਦਰਵੇ ਛੋਟਾ ਵੱਡੇ ਦਰਵੇ ਦਾ, ਅੱਲਾ ਜਾਣਦਾ ਵੱਡੇ ਦਾ ਵਸ ਨਹੀਂ ਲੱਗਾ, ਬਿਰਾ ਦਰਵੇ ਗਿਆ ਦਾ ਪਾੜ ਇੰਨਾ ਲੀਲਾ ਹਾਏ ਲਾ ਚਾ ਚੋਲਾ ਰਾ ਵੇਖ ਨਹੀਂ ਨੌਕਰਾ ਪਰ ਇੰਨਾ ਲੀਲਾ ਪਰ ਇੰਨਾ ਲੀਲਾ ਪਰ ਇੰਨਾ ਲੀਲਾ।